ਮੇਰੀ ਸੰਗਤ ਪੋਚ ਸੋਚ ਦਿਲ ਦਾਦੀ ਮੇਰਾ ਕਰਮ ਕੁਟ ਦਾ ਜਨਮ ਕੁਫਾਰੀ ਰਾਮ ਗੁਸਈਆ ਜੀ ਕੇ ਜੀਵਣਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਮੇਰੀ ਹਰੋ ਜਨ ਕਰੋ ਸੁਪਾਈ ਚਰਨ ਨਾ ਸ਼ਾਟੂ ਸਰੀਰ ਕਲ ਜਾਈ ਕਰਮ ਦਾਸ ਕਰੋ ਤੇਰੀ ਸਾਂਭਾ ਬੇਗ ਮਿਲੋ ਜਨ ਕਰਨਾ ਬਿਲਾਂ ਪਾਟਾਰਾ ਬੰਦਨੇ ਅਨਕਬਾ ਡੰਡੋਰੋ ਬੰਦਨੀ ਅਨਕਬਾਰ ਸਰਬ ਕਲਾ ਸਮਰਤ ਡੋਲਣ ਤੇਰਾ ਰਹੋ ਪ੍ਰਭੂ ਨਾਨਕ ਦੇ ਕਰ ਹੱਥ ਸਗਲ ਭਵਨ ਕੇ ਨਾਇਕਾ ਇੱਕ ਚਿੰਨ ਦਾ ਦੁਸ ਚਿੰਨ ਦਾ ਦੁਸ ਦਿਖਾਏ ਜੀ।
ਐਸੋ ਮੇਰਾ ਮਨ ਵਿਖਿਆ ਵਿਮੋਇਆ ਕੁਛ ਆਰਾ ਪਾਰ ਨਾ ਸੂਤ ਸਗਲ ਭਵਨ ਕੇ ਨਾਇਕਾ ਇੱਕ ਸ਼ਹਿਦੀਨ ਦੁਨੀਆਂ ਦੇ ਮਾਲ ਮਾਲ ਇੱਕ ਸ਼ਨ ਲਈ ਤੁਹਾਡੇ ਦਰਸ਼ਨਾਂ ਦੀ ਚਾਹਨਾ ਕਰ ਰਿਹਾ ਮੈਨੂੰ ਦਰਸ਼ਨ ਦੇਵੋ ਜਿਸ ਮਾਲਕ ਨੇ ਅੱਜ ਪਰਿਵਾਰ ਤੇ ਕਿਰਪਾ ਕੀਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਖੁਸ਼ੀਆਂ ਦੇ ਪਾਤਸ਼ਾਹ ਨੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਗੁੜੀਆ ਦੀ ਸ਼ਾਦੀ ਹੈ ਬਿਨਾਂ ਸਤਿਗੁਰ ਦੀ ਕਿਰਪਾ ਤੋਂ ਇਹ ਖੁਸ਼ੀਆਂ ਦੇ ਸੁਭਾਗ ਸਮੇਂ ਪ੍ਰਾਪਤ ਨਹੀਂ ਹੋ ਸਕਦੇ ਜਦੋਂ ਸਤਿਗੁਰ ਦੀ ਕਿਰਪਾ ਕਰਦੇ ਹੈ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਖੁਸ਼ੀਆਂ ਦੇ ਸੁਭਾਗ ਸਮੇਂ ਮਿਲਦੇ ਹੈ ਕਿਉਂਕਿ ਪਾਵਨ ਬਾਣੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਜੋ ਸਤਿਗੁਰ ਦੀ ਨਜ਼ਰ ਕਰਦੇ ਹੈ ਲੱਖਾਂ ਪਾਤਸ਼ਾਹੀਆਂ ਜਿੰਨੀਆਂ ਖੁਸ਼ੀਆਂ ਬਖਸ਼ ਕਰਦੇ ਨੇ ਮਹਾਰਾਜ ਜੀ ਜਦੋਂ ਕਿਰਪਾ ਕਰਦੇ ਇਹ ਪਾਵਨ ਬਾਣੀ ਦਾ ਫਰਮਾਨ ਹੈ ਜਦੋਂ ਮਹਾਰਾਜ ਜੀ ਕਿਰਪਾ ਕਰਦੇ ਆ ਸਤਿਗੁਰੂ ਸਤਿਗੁਰੂ ਤਾਂ ਸ਼ਰੀਰ ਦਾ ਪੂਰੀ ਸਤਿਗੁਰੂ ਹੋਈ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰੂ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸਚ ਸਮਾਈਐ ਲੱਖ ਖੁਸ਼ੀਆਂ ਸਤਿਗੁਰ ਨਾ ਤੇਰੀ
Thank you.
ਨਿਸ਼ਾਨੀ ਹੈ। ਜੇ ਸਤਿਗੁਰ ਨਜ਼ਰ ਕਰੇ, ਜਦੋਂ ਸਤਿਗੁਰ ਦੀ ਕਿਰਪਾ ਕਰਦੇ ਹੋ, ਨਜ਼ਰ ਕਰਦੇ ਆ ਕਿ ਲੱਖਾਂ ਪਾਤਸ਼ਾਹੀਆਂ ਜਿੰਨੀਆਂ ਖੁਸ਼ੀਆਂ ਬਖਸ਼ਿਸ਼ ਕਰ ਦਿੰਦੇ ਮਾਲਕ, ਅੱਜ ਪਰਿਵਾਰ ਦੀ ਕਿਰਪਾ ਕੀਤੀ ਹੈ ਔਰ ਪਰਿਵਾਰ ਵੱਲੋਂ ਬੜਾ ਸ਼ੁਭ ਕਾਰਜ ਕੀਤਾ ਗਿਆ ਹੈ। ਕਾਰਜਾਂ ਦੀ ਆਰੰਭਤਾ ਵਾਸਤੇ ਸਤਿਗੁਰ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਕਰਕੇ ਪਾਵਨ ਬਾਣੀ ਦੇ ਜਾਪ ਕਰਵਾਏ। ਜਦੋਂ ਕੋਈ ਕਾਰਜ ਕਰਨਾ ਹੋਵੇ ਨਾ, ਸਤਿਗੁਰ ਜੀ ਦਾ ਉਹ ਆਸਰਾ ਲੈ ਕੇ ਆਪਾਂ ਕਾਰਜ ਕਰਦੇ, ਮਹਾਰਾਜ ਜੀ ਕਿਰਪਾ ਕਰਦੇ, ਕਿਉਂਕਿ ਪਾਵਨ ਬਾਣੀ ਦਾ ਫਰਮਾਨ ਹੈ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਸੈ। ਜਦੋਂ ਆਪਾਂ ਮੇਰੀ ਮੇਰੀ ਕਰਕੇ ਕੋਈ ਕੰਮ ਕਰਦੇ ਆ ਨਾ, ਮੇਰਾ ਕੰਮ ਆ, ਮੈਂ ਕਰ ਸਕਦਾ, ਮੇਰੇ ਤੋਂ ਬਗੈਰ ਹੋਣਾ ਨਹੀਂ। ਮਹਾਰਾਜ ਜੀ ਕਹਿੰਦੇ ਇੱਕ ਵੀ ਕਾਰਜ ਰਾਸ ਨਹੀਂ ਆ ਸਕਦਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਸੈ। ਇੱਕ ਵੀ ਕਾਰਜ ਰਾਸ ਨਹੀਂ ਆ ਸਕਦਾ ਜਦੋਂ ਮੇਰੀ ਮੇਰੀ ਕਰਕੇ ਆਪਾਂ ਕਰਦੇ ਹਾਂ। ਜਬ ਮੇਰੀ ਮੇਰੀ ਮਿੱਟ ਜਾਏ ਜਾਂ ਪ੍ਰਭ ਕਾਜ ਸਵਾਰੇ ਆਏ, ਜਦੋਂ ਮੇਰੀ ਮੇਰੀ ਮਿੱਟ ਜਾਂਦੀ ਆਪਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਾਰਜ ਮੇਰੇ ਨਹੀਂ, ਇਹ ਕਾਰਜ ਤੁਹਾਡੇ ਆ, ਤੁਸੀਂ ਕਰਨੇ ਹੋ, ਤੁਹਾਡੀ ਕਿਰਪਾ ਦੇ ਨਾਲ ਹੋਣੇ। ਜਦੋਂ ਹਿਰਦੇ ਦੀ ਇਹ ਭਾਵਨਾ ਬਣਦੀ ਹੈ ਨਾ, ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰਭੂ ਆਪ ਉਹਨਾਂ ਕਾਰਜਾਂ ਨੂੰ ਸਵਾਰਨ ਵਾਸਤੇ ਆਉਂਦੇ ਨੇ। ਜੀ ਮੇਰੀ ਕੀ ਮਰਜ਼ੀ ਹੈ ਸਤਿ ਰਾਖੀ ਜਿੱਥੇ ਖੜ ਜਾਂਦਾ
ਜਾ ਕੇ ਆਖਣ ਲੱਗੇ ਸਾਧੂ ਦਾ ਰੂਪ ਬਣਾਇਆ
ਆਖਣ ਲੱਗੇ ਬਾਬਾ ਜੀ ਮੈਨੂੰ ਥੋੜਾ ਜਿਹਾ ਕੱਪੜਾ ਚਾਹੀਦਾ। ਸਤਿਗੁਰੂ ਕਬੀਰ ਜੀ ਮਹਾਰਾਜ ਆਖਣ ਲੱਗੇ ਕਿ ਮਹਾਰਾਜ ਦੱਸੋ ਕਿੰਨਾ ਕੁ ਕੱਪੜਾ ਚਾਹੀਦਾ। ਸਾਧੂ ਨੇ ਆਖਿਆ ਕਹਿੰਦੇ ਜੇ ਦੋ ਚਾਦਰਾਂ ਦੋ ਕੁੜਤੇ ਵੀ ਬਣਾਏ ਆ ਨਾ, ਜਿੰਨਾ ਕੁ ਤੁਹਾਡੇ ਕੋਲ ਥਾਨ ਆ, ਇਹ ਪੂਰੇ ਦਾ ਪੂਰਾ ਥਾਨ ਹੀ ਲੱਗ ਜਾਣਾ ਮੇਰੇ ਦੋ ਚਾਦਰਾਂ ਦੋ ਕੁੜਤੇ ਆ। ਸਤਿਗੁਰੂ ਕਬੀਰ ਜੀ ਮਹਾਰਾਜ ਨੇ ਕਹਿੰਦੇ ਪੂਰਾ ਹੀ ਥਾਨ ਉਹ ਸਾਧੂ ਨੂੰ ਦਾਨ ਕਰ ਦਿੱਤਾ। ਲਓ ਮਹਾਰਾਜ ਜੇ ਤੁਹਾਡੇ ਦੋ ਕੁੜਤੇ ਚਾਦਰੇ ਨੂੰ ਇੰਨਾ ਕੱਪੜਾ ਲੱਗਣਾ ਤੇ ਆ ਕੱਪੜਾ ਲੈ ਲਓ, ਉਹ ਦਾਨ ਕਰ ਦਿੱਤਾ। ਫਿਰ ਸੋਚਣ ਲੱਗੇ ਕਹਿੰਦੇ ਘਰ ਦੇ ਵਿੱਚ ਰਾਸ਼ਨ ਪਾਣੀ ਮੁੱਕਿਆ ਸੀਗਾ, ਇਹੀ ਕੱਪੜਾ ਵੇਚ ਕੇ ਤਾਂ ਘਰ ਵਿੱਚ ਰਾਸ਼ਨ ਪਾਣੀ ਲੈ ਕੇ ਜਾਣਾ ਸੀ, ਬੱਚੇ ਭੁੱਖੇ ਬੈਠੇ ਹੋਣੇ, ਹੁਣ ਕਿੱਦਾਂ ਹੋਊਗਾ। ਆ ਕੇ ਬੈਠ ਗਿਆ ਗੰਗਾ ਦੇ ਕਿਨਾਰੇ, ਫਿਰ ਰਾਮ 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 ਜਪਣ ਲੱਗੇ। ਕਹਿ ਰਵਿਦਾਸ ਸਭੇ ਜਗ ਲੁਟਿਆ, ਹਮ ਤੋ ਇੱਕ ਰਾਮ ਕਹਿ ਛੁਟਿਆ। ਲੱਗੇ ਪ੍ਰਮਾਤਮਾ ਦਾ ਸਿਮਰਨ ਕਰਨ। ਪ੍ਰਮਾਤਮਾ ਕੋਈ ਗੱਲ ਨੀ, ਜੇ ਘਰ ਵਿੱਚ ਬੱਚੇ ਭੁੱਖੇ ਬੈਠੇ ਆ ਨਾ, ਉਹਨਾਂ ਦਾ ਫਿਕਰ ਵੀ ਤੁਹਾਨੂੰ ਹੀ ਆ, ਕਿਉਂਕਿ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਪ੍ਰਮਾਤਮਾ ਉਹਨਾਂ ਦਾ ਫਿਕਰ ਤੈਨੂੰ ਹੈ ਜੇ ਘਰ ਵਿੱਚ ਬੱਚੇ ਭੁੱਖੇ ਬੈਠੇ, ਕਿਉਂਕਿ ਜਦੋਂ ਸਾਡੀ ਟੇਕ ਗੁਰੂ ਪਿਆਰੀ ਸਾਧ ਸਿੰਘ, ਜਦੋਂ ਸਾਡਾ ਭਰੋਸਾ ਇਦਾਂ ਦਾ ਹੋ ਜਾਂਦਾ ਨਾ, ਜਦੋਂ ਸਾਡਾ ਯਕੀਨ ਇਦਾਂ ਦਾ ਹੋ ਜਾਵੇ।
सगल घटा का अंतर्यामी सोए चिंता जाग चिंता जहां कहा प्रभु तू वर्तनता कर सुख बसिया बार सुख पाया कहो नानक गुरु मंत्र दृढ़ाया उठदिया भी सुख बहद्या भी सुख कोई पाहु डर नहीं रह जाता ज
ਜਦੋਂ ਹਿਰਦੇ ਦੀ ਇਹ ਭਾਵਨਾ ਬਣ ਜਾਵੇ ਪ੍ਰਮਾਤਮਾ ਤੂੰ ਸਾਡਾ ਰਖਵਾਲਾ ਹੈ। ਮਹਾਰਾਜ ਜੀ ਕਹਿੰਦੇ ਫਿਰ ਘਰ ਵੀ ਸੁੱਖ, ਘਰ ਵਿੱਚ ਵੀ ਬਾਹਰ, ਸਾਰੇ ਪਾਸੇ ਸੁੱਖੇ ਸੁੱਖ ਹੈ। ਜਦੋਂ ਇਹ ਭਾਵਨਾ ਬਣੀ ਪ੍ਰਮਾਤਮਾ ਤੂੰ ਸਾਡਾ ਰਖਵਾਲਾ ਹੈ। ਸਤਿਗੁਰ ਕਬੀਰ ਜੀ ਮਹਾਰਾਜ ਆਖਿਆ ਪ੍ਰਮਾਤਮਾ ਜੇ ਘਰ ਵਿੱਚ ਬੱਚੇ ਭੁੱਖੇ ਬੈਠੇ ਉਹਨਾਂ ਦਾ ਫਿਕਰ ਵੀ ਤੈਨੂੰ ਹੀ ਹੈ। ਬੈਠ ਗਏ ਰਾਮ 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 ਜਪ ਰਹੇ। ਹੋਇਆ ਕੀ ਜਿਹੜੀ ਕਥਾ ਦੱਸਦੀ ਹੈ, ਕਹਿੰਦੇ ਕਿਸੇ ਸੱਜਣ ਨੇ ਰਾਸ਼ਨ ਦਾ ਗੱਡਾ ਭਰਿਆ, ਸਤਿਗੁਰ ਕਬੀਰ ਜੀ ਮਹਾਰਾਜ ਦੇ ਘਰ ਮੂਹਰੇ ਜਾ ਕੇ ਗੱਡਾ ਰੋਕਿਆ। ਮਾਤਾ ਲੋਈ ਜੀ ਘਰ ਹੈ, ਪੁੱਛਿਆ ਇਹ ਘਰ ਕਬੀਰ ਸਾਹਿਬ ਦਾ ਆ? ਕਹਿੰਦੇ ਹਾਂਜੀ। ਮਾਤਾ ਲੋਈ ਜੀ ਨੇ ਆਖਿਆ ਹਾਂਜੀ ਘਰ ਕਬੀਰ ਸਾਹਿਬ ਦਾ। ਨੌਕਰਾਂ ਨੂੰ ਹੁਕਮ ਕੀਤਾ ਵੀ ਜਿੰਨਾ ਵੀ ਗੱਡੇ ਤੇ ਰਾਸ਼ਨ ਲੱਦਿਆ ਨਾ, ਇਹ ਸਾਰਾ ਰਾਸ਼ਨ ਲਾ ਕੇ ਕਬੀਰ ਸਾਹਿਬ ਦੇ ਘਰ ਰੱਖ ਦਿਓ। ਹੁਣ ਗੁਰੂ ਪਿਆਰੀ ਸਾਹਿਬ ਸਿੰਘ ਜਦੋਂ ਬੋਰੀਆਂ ਦੀਆਂ ਬੋਰੀਆਂ ਰਾਸ਼ਨ ਦੀਆਂ ਲਹਿੰਦੀਆਂ ਦੇਖੀਆਂ ਨਾ, ਤੇ ਮਾਤਾ ਲੋਈ ਜੀ ਭੱਜੇ ਭੱਜੇ ਆਏ। ਕਹਿੰਦੇ ਠਹਿਰੋ ਜੀ ਠਹਿਰੋ ਜਰਾ। ਕਹਿੰਦੇ ਕੀ ਗੱਲ ਹੋਈ? ਕਹਿੰਦੀ ਜੀ ਇਹ ਤਾਂ ਜਿਹੜਾ ਸਮਾਨ ਹੈ ਤੁਹਾਨੂੰ ਘਰ ਦਾ ਭੁਲੇਖਾ ਲੱਗ ਗਿਆ ਲੱਗਦਾ, ਇਹ ਤਾਂ ਸਮਾਨ ਕਿਸੇ ਸੇਠ ਸ਼ਾਹੂਕਾਰ ਦਾ ਲੱਗਦਾ। ਸਾਡੇ ਵਿੱਚ ਇੰਨੀ ਹੈਸੀਅਤ ਕਿੱਥੋਂ ਅਸੀਂ ਇੰਨਾ ਸਮਾਨ ਇਕੱਠਾ ਖਰੀਦ ਲਈਏ? ਸਾਨੂੰ ਤਾਂ ਇੱਕ ਡੰਗ ਦੀ ਰੋਟੀ ਦੇ ਕਈ ਵਾਰ ਸੰਦੇ ਪੈ ਰਹਿੰਦੇ ਆ। ਇੰਨਾ ਰਾਸ਼ਨ ਅਸੀਂ ਨਹੀਂ ਖਰੀਦ ਸਕਦੇ, ਤੁਹਾਨੂੰ ਘਰ ਦਾ ਭੁਲੇਖਾ ਲੱਗ ਗਿਆ। ਤਾਂ ਗੁਰੂ ਪਿਆਰੀ ਸਾਹਿਬ ਸਿੰਘ ਜੀ ਪੁੱਛਿਆ ਘਰ ਕਬੀਰ ਸਾਹਿਬ ਦਾ ਨੀ? ਕਹਿੰਦੇ ਹਾਂਜੀ ਘਰ ਤਾਂ ਕਬੀਰ ਸਾਹਿਬ ਦਾ ਹੀ ਹੈ। ਤਾਂ ਆਖਿਆ ਕਹਿੰਦੇ ਅੱਜ ਕਬੀਰ ਸਾਹਿਬ ਜਿਹੜਾ ਕੱਪੜਾ ਵੇਚਣ ਵਾਸਤੇ ਗਏ ਸੀ ਨਾ, ਉਹ ਕਿਸੇ ਸੇਠ ਨੇ ਇੰਨੇ ਮਹਿੰਗੇ ਮੁੱਲ ਵਿੱਚ ਖਰੀਦਿਆ, ਉਹਦਾ ਸਾਰੇ ਦਾ ਇਹ ਰਾਸ਼ਨ ਲੈ ਕੇ ਕਬੀਰ ਸਾਹਿਬ ਨੇ ਘਰ ਭੇਜ ਦਿੱਤਾ। ਕੱਪੜਾ ਬਹੁਤ ਮਹਿੰਗਾ ਵਿਕਿਆ ਉਹਨਾਂ ਦਾ। ਘਰ ਦੇ ਬੜੇ ਖੁਸ਼ ਹੋਏ, ਕਹਿੰਦੇ ਲੈ ਅੱਗੇ ਕਦੇ ਇੰਨਾ ਮਹਿੰਗਾ ਕੱਪੜਾ ਨਹੀਂ ਵਿਕਿਆ, ਅੱਜ ਇੰਨਾ ਮਹਿੰਗਾ ਵਿਕਿਆ। ਬੜੇ ਖੁਸ਼ ਹੋਏ। ਸ਼ਾਮ ਪੈ ਗਈ ਪਰ ਸਤਿਗੁਰ ਕਬੀਰ ਜੀ ਮਹਾਰਾਜ ਘਰ ਨਹੀਂ ਆਏ। ਗਏ ਲੱਭਣ ਵਾਸਤੇ ਸਤਿਗੁਰ ਕਬੀਰ ਜੀ ਮਹਾਰਾਜ ਜੀ ਨੂੰ ਆਏ ਕਿਉਂ ਨਹੀਂ? ਜਦੋਂ ਦੇਖਿਆ ਜਾ ਕੇ ਗੰਗਾ ਦੇ ਕਿਨਾਰੇ ਸਤਿਗੁਰ ਕਬੀਰ ਜੀ ਮਹਾਰਾਜ ਰਾਮ 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 ਜਪ ਰਹੇ। ਜਾ ਕੇ ਉਠਾਇਆ, ਮਹਾਰਾਜ ਤੁਸੀਂ ਘਰ ਨਹੀਂ ਆਏ। ਤਾਂ ਸਤਿਗੁਰ ਕਬੀਰ ਜੀ ਮਹਾਰਾਜ ਆਖਣ ਲੱਗੇ, ਕਹਿੰਦੇ ਮੈਂ ਘਰ ਕਿੱਦਾਂ ਆਉਣਾ ਸੀ? ਜਿਹੜਾ ਕੱਪੜਾ ਵੇਚਣ ਵਾਸਤੇ ਮੈਂ ਆਇਆ ਸੀ ਉਹ ਮੈਂ ਇੱਕ ਸਾਧੂ ਨੂੰ ਦਾਨ ਕਰ ਦਿੱਤਾ। ਪੈਸਾ ਮੇਰੇ ਕੋਲ ਕੋਈ ਨਹੀਂ ਸੀ, ਘਰ ਵਿੱਚ ਰਾਸ਼ਨ ਪਾਣੀ ਮੁੱਕਿਆ ਸੀਗਾ, ਮੈਂ ਰਾਸ਼ਨ ਦਾ ਸਮਾਨ ਕਾਹਦਾ ਲੈ ਕੇ ਆਉਂਦਾ? ਇਸ ਕਰਕੇ ਮੈਂ ਘਰ ਨਹੀਂ ਆਇਆ, ਮੈਂ ਤੇ ਇੱਥੇ ਗੰਗਾ ਦੇ ਕਿਨਾਰੇ ਬੈਠ ਕੇ ਰਾਮ 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 ਜਪਣ ਲੱਗਾ। ਤਾਂ ਗੁਰੂ ਪਿਆਰੀ ਸਾਹਿਬ ਸਿੰਘ ਜਦੋਂ ਘਰਦਿਆਂ ਨੇ ਆਖਿਆ ਹਾ ਕੀ ਗੱਲ ਕਹਿੰਦੇ ਆ ਤੁਸੀਂ, ਕੱਪੜਾ ਸਾਧੂ ਨੂੰ ਦਾਨ ਕਰਤਾ, ਕੋਈ ਸੱਜਣ ਰਾਸ਼ਨ ਦਾ ਗੱਡਾ ਭਰ ਕੇ ਘਰ ਛੱਡ ਕੇ ਆਇਆ, ਉਹ ਤਾਂ ਕਹਿੰਦਾ ਸੀ ਵੀ ਜਿਹੜਾ ਕੱਪੜਾ ਵੇਚਣ ਵਾਸਤੇ ਤੁਸੀਂ ਗਏ ਆ ਕਿਸੇ ਸੇਠ ਨੇ ਬੜੇ ਮਹਿੰਗੇ ਮੁੱਲ ਚ ਖਰੀਦਿਆ ਉਹ ਕੱਪੜਾ, ਉਹਦਾ ਰਾਸ਼ਨ ਲੈ ਕੇ ਤੁਸੀਂ ਘਰ ਭੇਜ ਦਿੱਤਾ ਗੱਡਾ ਭਰ ਕੇ। ਜਦੋਂ ਇੰਨੀ ਗੱਲ ਸੁਣੀ ਗੁਰੂ ਪਿਆਰੀ ਸਾਹਿਬ ਸਿੰਘ ਜੀ ਸਤਿਗੁਰ ਕਬੀਰ ਜੀ ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ। ਕਹਿੰਦੇ ਜੇ ਕੋਈ ਰਾਸ਼ਨ ਦਾ ਗੱਡਾ ਭਰ ਕੇ ਘਰ ਛੱਡ ਕੇ ਆਇਆ ਨਾ, ਫਿਰ ਮੈਂ ਮੇਰੀ ਜਗ੍ਹਾ ਤੇ ਪ੍ਰਮਾਤਮਾ ਨੇ ਮੇਰੀ ਡਿਊਟੀ ਭੁਗਤਾਈ ਹੈ। ਉਹ ਕੋਈ ਜਿਹੜਾ ਨਾ ਕੱਪੜਾ ਕਿਸੇ ਸੇਠ ਨੇ ਨਹੀਂ ਖਰੀਦਿਆ, ਉਹ ਸੇਠ ਮੇਰਾ ਮਾਲਕ ਹੀ ਸੀ, ਮੇਰਾ ਪ੍ਰਮਾਤਮਾ ਹੀ ਸੀ। ਉਹ ਪ੍ਰਮਾਤਮਾ ਰਾਸ਼ਨ ਦਾ ਗੱਡਾ ਭਰ ਕੇ ਘਰ ਛੱਡ ਕੇ ਆਇਆ, ਕਿਉਂਕਿ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਮਾਲਕ ਹਮੇਸ਼ਾ ਆਪਣੇ ਪਿਆਰਿਆਂ ਦੀ ਲਾਜਪਤ ਰੱਖਦਾ ਆਇਆ। ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਆਇਆ, ਆਪਣੇ ਪਿਆਰਿਆਂ ਦੀ
ਸਦਾ ਲਾਗੇ ਰੱਖਦਾ ਆਇਆ।
ਰੱਖਦਾ ਆਇਆ ਵਾਹਿਗੁਰੂ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਮਾਲਕ ਹਮੇਸ਼ਾ ਹੀ ਆਪਣੇ ਪਿਆਰਿਆਂ ਦੀ ਲਾਜ ਪਤ ਰੱਖਦਾ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਪਰ ਸਾਡੇ ਹਿਰਦੇ ਵਿੱਚ ਪ੍ਰੇਮ ਹੋਵੇ, ਕਿਉਂਕਿ ਪਰਮਾਤਮਾ ਕੇਵਲ ਤੇ ਕੇਵਲ ਪਿਆਰ ਦਾ ਭੁੱਖਾ ਹੈ। ਨਾ ਤੂੰ ਆਵੇਂ ਬਸ ਬਹੁਤ ਘਣਾਵ ਨੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਏ, ਨਾ ਤੂੰ ਆਵੇਂ ਬਸ ਧਰਤੀ ਢਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਕੇ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਸਭ ਕੁਛ ਤਿਸਦੇ ਬਸ ਅਗਮ ਅਗੋਚਰਾ, ਤੂੰ ਭਗਤਾ ਦੇ ਬਸ ਭਗਤਾ ਤਾਣ ਤੇਰਾ। ਕਹਿੰਦੇ ਜਿੰਨੇ ਮਰਜ਼ੀ ਡੰਡ ਪਖੰਡ ਕਰੀ ਜਾਓ, ਪਰਮਾਤਮਾ ਬਸ ਵਿੱਚ ਆਉਣ ਵਾਲਾ ਨਹੀਂ। ਜਿੰਨੇ ਮਰਜ਼ੀ ਵੇਦ ਸ਼ਾਸਤਰ ਪੜ੍ਹੀ ਜਾਓ, ਪਰਮਾਤਮਾ ਬਸ ਆਉਣ ਵਾਲਾ ਨਹੀਂ। ਜਿੰਨੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰੀ ਜਾਓ, ਸਾਰੀ ਸ੍ਰਿਸ਼ਟੀ ਦਾ ਚੱਕਰ ਵੀ ਕੱਟ ਦਿਓ, ਕਿਉਂਕਿ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਬਸ ਵਿੱਚ ਹੈ। ਪਰ ਪਰਮਾਤਮਾ ਕਿਹਨਾਂ ਦੇ ਬਸ ਵਿੱਚ ਹੈ? ਤੂੰ ਭਗਤਾ ਦੇ ਬਸ ਭਗਤਾ ਤਾਣ ਤੇਰਾ। ਅੱਜ ਜਿੱਦਾਂ ਪਰਿਵਾਰ ਦੇ ਹਿਰਦੇ ਵਿੱਚ ਪ੍ਰੇਮ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ ਬਣ ਜਾਪ ਕਰਵਾਈ, ਆਪ ਸੰਗਤਾਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਹਿੰਦੇ, ਜੇ ਪਰਮਾਤਮਾ ਨੂੰ ਬਸ ਵਿੱਚ ਕਰਨਾ ਹੋਵੇ ਨਾ, ਇੱਕੋ ਇੱਕ ਥਿਊਰੀ ਹੈ ਪ੍ਰੇਮ ਦੀ, ਕਿਉਂਕਿ ਪ੍ਰੇਮ ਦੀ ਜੇਵਰੀ ਵਾਧੇ ਉਸਦੇ ਰੋਜ਼ਨ ਆਪਣੇ ਛੁੱਟਣ ਕੋ ਕਰਵੋ ਕਬਨ ਗੁਰ। ਪਰਮਾਤਮਾ ਤੇਰੇ ਪਿਆਰਿਆਂ ਨੇ ਤੈਨੂੰ ਪ੍ਰੇਮ ਦੀ ਜੰਜੀਰ ਦੇ ਨਾਲ ਬੰਨਿਆ ਹੋਇਆ। ਜੇ ਤੇਰੇ ਕੋਲ ਛੁੱਟਣ ਲਈ ਕੋਈ ਯਤਨ ਕਰ ਹੁੰਦਾ ਤੇ ਕਰ ਲੈ, ਪਰ ਤੇਰੇ ਪਿਆਰਿਆਂ ਨੇ ਨਾ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾ। ਭਗਤਾਂ ਨੇ ਰੱਬ ਵਸ ਕੀਤਾ,
ਬਾਣੀ ਦਾ ਫਰਮਾਨ ਹੈ, ਪ੍ਰੇਮ ਕੀ ਜੇਵਰੀ ਵਾਧੇ ਉੱਤੇ ਰੋਜਨ ਆਪਣੇ ਛੁੱਟਣ ਕੋ ਕਰਵੋ ਕਬਨ ਗੁਣ ਕਹਿੰਦੇ। ਫਿਰ ਪ੍ਰਮਾਤਮਾ ਨੂੰ ਕਹਿੰਦੇ ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁੱਟੈ ਮੋਹੇ, ਮੇਰੇ ਮੋਹ ਮਾਇਆ ਦੇ ਜਾਲ ਨੂੰ ਮੇਰਾ ਭਗਤ ਤੋੜ ਦਿੰਦਾ। ਜਦੋਂ ਮੇਰਾ ਭਗਤ ਮੈਨੂੰ ਪ੍ਰੇਮ ਦੀਆਂ ਜੰਜੀਰਾਂ ਦੇ ਨਾਲ, ਪ੍ਰੇਮ ਦੀਆਂ ਡੋਰੀਆਂ ਦੇ ਨਾਲ ਬੰਨਦਾ ਨਾ, ਮੇਰੇ ਕੋਲ ਛੁੱਟਿਆ ਨਹੀਂ ਜਾਂਦਾ। ਅੱਜ ਗੁਰੂ ਪਿਆਰੀ ਸਾਧ ਸੰਗਤ ਜੀ, ਪਰਿਵਾਰ ਦੇ ਹਿਰਦੇ ਵਿੱਚ ਪ੍ਰੇਮ ਹੈ, ਸਭ ਕੁਝ ਪਾਵਨ ਬਾਣੀ ਦੇ ਜਾਪ, ਆਪ ਸੰਗਤਾਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ, ਮਹਾਰਾਜ ਕਿਰਪਾ ਕਰਨ। ਕਿਉਂਕਿ ਪਰਿਵਾਰ ਵੱਲੋਂ ਹੁਕਮ ਹੋਇਆ ਵੇ, ਜਿਸ ਤਰ੍ਹਾਂ ਗੁੜੀਆ ਨੇ ਆਪਣੇ ਸਸੁਰਾਲ ਘਰ ਜਾਣਾ ਨਾ, ਭੈਣ ਨਾਨਕੀ ਜੀ ਜਦੋਂ ਆਪਣੇ ਸਸੁਰਾਲ ਕਰ ਰਿਹਾ, ਪਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜਾ ਪ੍ਰੇਮ ਸੀ ਹਿਰਦੇ ਵਿੱਚ, ਦੋ ਜਾਣਿਆਂ ਨੇ ਪਹਿਚਾਣ ਕੀਤੀ ਸੀ, ਰਾਏ ਗੁਲਾਰ ਜੀ ਔਰ ਭੈਣ ਨਾਨਕੀ ਜੀ। ਭੈਣ ਨਾਨਕੀ ਜੀ ਕਹਿੰਦੇ ਸੀ ਮੇਰਾ ਵੀਰਾ ਨਾਨਕ ਜਿਹੜਾ ਨਾ, ਇਹ ਕਲਯੁਗੀ ਜੀਵ ਥੋੜੋ ਆ ਕੋਈ ਸਾਡੇ ਵਾਲੇ, ਇਹ ਤੇ ਖੁਦ ਪਰਮਾਤਮਾ ਆਇਆ ਸੰਸਾਰ ਵਿੱਚ ਪੁੱਲੇ ਭਟਕੇ ਜੀਵਾਂ ਨੂੰ ਭਵ ਸਾਗਰ ਚੋਂ ਪਾਰ ਕਰਨ ਵਾਸਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਇੰਨਾ ਪ੍ਰੇਮ ਹੈ, ਅੱਜ ਭੈਣ ਨਾਨਕੀ ਜਦੋਂ ਪ੍ਰਸ਼ਾਦਾ ਬਣਾਉਣ ਲੱਗੇ ਤਵੇ ਤੇ ਫੁਲਕਾ ਪਾਇਆ ਤੇ ਫੁਲਕਾ ਫੁੱਲਣ ਲੱਗ ਪਿਆ। ਭੈਣ ਨਾਨਕੀ ਨੇ ਨੇਤਰ ਬੰਦ ਕੀਤੇ, ਕਿਤੇ ਮੇਰਾ ਵੀਰਾ ਨਾਨਕ ਆ ਜਾਵੇ, ਆਹ ਪ੍ਰਸ਼ਾਦਾ ਮੈਂ ਉਹਨਾਂ ਨੂੰ ਛਕਣ ਵਾਸਤੇ ਦੇਵਾਂ। ਉੱਧਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ, ਭਾਈ ਮਰਦਾਨਾ ਜੀ ਨਾਲ, ਭਾਈ ਬਾਲਾ ਜੀ, ਸਤਿਗੁਰੂ ਜੀ ਆਖਣ ਲੱਗੇ ਮੈਨੂੰ ਜਾਣਾ ਪੈਣਾ। ਤੋ ਭਾਈ ਮਰਦਾਨਾ ਜੀ ਨੇ ਹੱਥ ਜੋੜੇ, ਮਹਾਰਾਜ ਜੀ ਕਿੱਥੇ ਜਾਣਾ? ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਖਣ ਲੱਗੇ ਮੈਨੂੰ ਜ਼ਰੂਰੀ ਕੰਮ ਪੈ ਗਿਆ। ਭਾਈ ਮਰਦਾਨਾ ਜੀ ਨੇ ਹੱਥ ਜੋੜੇ, ਸਤਿਗੁਰ ਸੱਚੇ ਪਾਤਸ਼ਾਹ, ਇੰਨਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਜਿਹੜਾ ਇੰਨੀ ਜਲਦੀ ਉੱਠ ਕੇ ਤੁਰ ਪਏ ਆ?
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਸੀ ਮੈਨੂੰ ਆਹ ਜ਼ਰੂਰੀ ਕੰਮ ਹੋਇਆ। ਹੋਈ ਆਟੇ ਵਿੱਚ ਗੁੰਨਿਆ
ਗਾਵੇ ਰੋਟੀਆਂ ਗੁਰੂ ਤੇਰੀ ਸਾਸ ਸੂਝ ਪਹੁੰਚੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉੱਪਰ ਸ਼ਾਦਾ ਛਕਣ ਵਾਸਤੇ। ਆਓ ਸਤਿਗੁਰ ਜੀ ਦੇ ਪਾਵਨ ਚਰਨਾਂ 'ਚ ਹੀ ਬੇਨਤੀ, ਮਹਾਰਾਜ ਜੀ ਕਿਰਪਾ ਕਰਿਓ, ਕੀਤਾ ਲੋੜੀਏ ਕੰਮ ਸਵਾਰ ਪਿਆ ਆਖੀਏ, ਕਾਰਜ ਦੇਹ ਸਵਾਰ ਸਭ ਕੁਛ ਸਤਿ ਸਾਖੀਏ, ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਏ, ਪੈ ਭਜਨ ਮਿਹਰਬਾਨ ਦਾਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਲੱਖ ਪ੍ਰਭਲਾ ਕੇ। ਸਤਿਗੁਰ ਜੀ ਕਾਰਜ ਤੁਹਾਡੇ ਹੈ, ਤੁਹਾਡੀ ਕਿਰਪਾ ਦੇ ਨਾਲ ਹੋਣੇ ਆ, ਕਿਰਪਾ ਦੇ ਨਾਲ ਸਰਬਤ ਕਾਰਜ ਅਰਦਾਸ ਕਰਿਓ, ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਹਰਮਦਾਨੇ ਫਤਿਹ ਬਖਸ਼ਿਓ, ਮੇਰਾ ਪ੍ਰਿਆਰ ਦੇ ਕੇ ਰੱਖਿਓ, ਬੱਚਿਆਂ ਵਿੱਚ ਪਰਿਵਾਰਾਂ ਵਿੱਚ ਪਿਆਰ ਸਤ ਸੰਤੋਖ ਬਖਸ਼ਿਸ਼ ਕਰਿਓ, ਸੰਗਤ ਦਾ ਸਤਿਗੁਰ ਜੀ ਕਦਮ ਕਰਨ ਲੇਖੇ ਚਲਾਇਓ, ਸਭ ਦਾ ਭਲਾ ਕਰਿਓ। ਤੋ ਆਓ ਹੁਣ ਦੇਗਾ ਅੰਮ੍ਰਿਤ ਲਈਆਂ ਜਾਣਗੀਆਂ, ਉਪਰੰਤ ਗੁਰੂ ਕੇ ਭੰਡਾਰੇ ਤਿਆਰ ਹੈ, ਸਾਰੀ ਸੰਗਤ ਨੇ ਭੰਡਾਰਾ ਛਕਣ ਦੀ ਕਿਰਪਾਲਤਾ ਕਰਨੀ ਹੈ।